हाँ जी, की हाल आ? तो अज एक ब्लॉग होर बनाने आप नवा, तो अज मैं चलिया कोटकपुरे मेयर एंड सनज वर्कशॉप के गुरप्रीत को बुलेट की सर्विस करवानी अपने वाले की। अब मैं चल कराए गल बात, बहुत दिन हो ब्लॉग नहीं पाया, तो पछाता पानी छक दिया फिर हूँ, तो बाकी फिर करद गल बातें उत्थे पहुँच के दिखावे सूँ भी की करवा मोटरसाइकिल का अज। तो चलो ठीक है जी, मिलते हैं फतेह। हाँ जी, कि मैं आ गया कोटकपुरे भाई गुरप्रीत, जो टाइम उन्हें दिता सी पर हजे भाई आप तो आया, मुंडे आए बाई के नाल, बाई के नाल काम करते मिस्त्री मेहर सिंह एंड सन्स, पंजाब का बुलट मोटरसाइकिल सब तो तगड़ा कारीगर। इतने दूरों दूरों मुंडे बुलट मोटरसाइकिल लेकर आता, स्पैशल बुलटा का काम करता बाई। मैं सुनी ही आ गया तो झाड़ू झूड़ लाई जाते, चक्कर की है भी इतने जिन्ने बजे मर्जी आए, तुम तीन चार बजे तो पहले वेले होंगे ही नहीं, बाकी काम शौक ना करते हैं पूरी रीत ला के। मैं सर्विस करवा भी इतना आना हूं, चलो फिर करते हैं गल्लां बातें, बाकी दिखाने सू अज की करना बुलट मोटरसाइकिल का अपने आप का। हाँ जी, कर चाह पी के सर्विस लगभग हो गई है बुलट की, हम चलते हैं पेंट में। भुख भी लगी पी है, कुछ खा के देख लिया आ खड़ा गुरप्रीत भाई, चेक वाली शर्ट च देखो जरा बोल्ट ही बोल्ट आता है। कड़ा पैनल टाटा सर्विस हो गई अपनी गड्डी की, की हाल। तो
ਮੈਂ ਜਿਵੇਂ ਤੁਹਾਨੂੰ ਪਤਾ ਵੀ ਅੱਜ ਆਇਆ ਸੀਗਾ ਇੱਥੇ ਸਰਵਿਸ ਕਰਾਉਣ ਬੋਲਟ ਦੀ ਆਪਣੇ ਵਾਲ ਦੀ, ਅਤੇ ਬੜੇ ਨਾ ਟਾਈਮ ਦੀ ਰੀਸ ਸੀਗੀ ਇੱਕ ਵੀ ਯਾਰ ਜਿਵੇਂ ਛੱਲਿਆਂ 'ਚ ਚਾਬੀਆਂ ਹੁੰਦੀਆਂ ਮੈਨੂੰ ਸੋਹਣੀ ਨਹੀਂ ਲੱਗਦੀ, ਜਿਵੇਂ ਸ੍ਰੀ ਸਾਹਿਬ ਵਾਲੀ ਚਾਬੀ ਹੋਵੇ ਕੋਈ, ਉੱਧਰ ਭਗਤ ਵੀ ਕਈ ਵਾਰੀ ਪਤਾ ਕਰਿਆ ਨੇੜਲੇ ਸ਼ਹਿਰ ਪਰ ਬਣੀ ਨਹੀਂ, ਅਤੇ ਅੱਜ ਫਿਰ ਗੁਰਪ੍ਰੀਤ ਬਾਈ ਨੇ ਮੈਨੂੰ ਇੱਕ ਐਡਰੈਸ ਦਿੱਤਾ ਬਾਈ ਦਾ, ਅਤੇ ਇਹ ਹੈਗੀ ਆ ਗਿਆਨੀ ਜੈਲ ਸਿੰਘ ਮਾਰਕੀਟ ਆ, ਦੁਕਾਨ ਨੰਬਰ 49 ਮੋਗਾ ਰੋਡ ਅਤੇ ਫਰੀਦਕੋਟ, ਅਤੇ ਬਾਈ ਦਾ ਸਪੈਸ਼ਲ ਚਾਬੀਆਂ ਦਾ ਕੰਮ ਆ, ਅਤੇ ਕਦੇ ਤੁਸੀਂ ਵੀ ਕੋਈ ਚਾਬੀ ਬਣਾਉਣੀ ਹੋਵੇ ਤਾਂ ਜ਼ਰੂਰ ਬਾਈ ਕੋਲ ਆਇਓ, ਮੈਂ ਤੁਹਾਨੂੰ ਦਿਖਾਉਣਾ ਬਾਈ ਦੀ ਦੁਕਾਨ, ਇਹ ਗਿਆਨੀ ਜੈਲ ਸਿੰਘ ਮਾਰਕੀਟ ਆ ਬੱਸ ਅੱਡਾ ਲੰਘ ਕੇ, ਅਤੇ ਜ਼ਰੂਰ ਆਇਓ ਇੱਥੇ। ਆਹ ਹੁਣ ਤੁਸੀਂ ਬਾਈ ਦੀਆਂ ਚਾਬੀਆਂ ਦੇਖੋ ਅਤੇ ਦੁਕਾਨ ਦੇਖ ਲਓ ਬਾਈ ਦੀ, ਇਹ ਚਾਬੀਆਂ ਬਾਈ ਦੀਆਂ, ਹੋਰ ਵੀ ਬਾਈ ਲੌਕ ਵਗੈਰਾ ਸਾਰਿਆਂ ਦਾ ਕੰਮ ਕਰਦਾ। ਮੈਂ ਆਹ ਚਾਬੀ ਬਣਾਈ ਆ, ਆਹ ਵੀ ਡਿਜ਼ਾਇਨ ਸੋਹਣਾ ਲੱਗਿਆ ਮੈਨੂੰ, ਕਿਰਪਾਨ ਹੈ। ਹਾਂ, ਅਤੇ ਆਹ ਦੁਕਾਨ, ਆਹ ਬਾਈ ਖੜ੍ਹਾ, ਅਤੇ ਆਹ ਬਾਈ ਦੀ ਦੁਕਾਨ ਆ, ਗੈਸ ਚੁੱਲ੍ਹਿਆਂ ਦਾ ਸਿਲੰਡਰਾਂ ਦਾ ਸਾਰੇ ਕੰਮ ਕਰਦਾ ਬਾਈ। ਮੈਂ ਤੁਹਾਨੂੰ ਫਰੰਟ ਤੋਂ ਬਾਈ ਦੀ ਦੁਕਾਨ ਦਿਖਾ ਦਿੰਦਾ ਇੱਕ ਵਾਰੀ, ਇਹ ਗਿਆਨੀ ਜੈਲ ਸਿੰਘ ਮਾਰਕੀਟ ਆ, ਬੱਸ ਅੱਡਾ ਲੰਘ ਕੇ ਆਉਂਦੀ ਹੈ, ਹਾਂਜੀ ਮਨਜੀਤ ਲਾਕ ਹਾਊਸ, ਨੰਬਰ ਨੋਟ ਕਰ ਲਓ ਬਾਈ ਦਾ, 99881 13860, ਮਨਜੀਤ ਨਾਮ ਆ ਬਾਈ ਦਾ, ਮਨਜੀਤ ਲਾਕ ਹਾਊਸ। ਜਦੋਂ ਵੀ ਕਦੇ ਕੋਈ ਚਾਬੀ ਬਣਾਉਣੀ ਹੋਵੇ, ਬੜੇ ਸ਼ੌਂਕ ਨਾਲ ਕੰਮ ਕਰਦਾ ਬਾਈ। ਮਿਲਦੇ ਹਾਂ ਜੀ ਫਿਰ ਜੀ, ਕਿੱਦਾਂ ਪਿੰਡ ਚੱਲਿਆ ਵਾਪਸ, ਸਰਵਿਸ ਹੋ ਗਈ ਆ ਬੋਲਟ ਦੀ ਆਪਣੇ ਦੀ, ਅਤੇ ਚਾਬੀ ਵੀ ਬਣ ਗਈ ਆ, ਅਤੇ ਹੁਣ ਪਿੰਡ ਵਾਪਸ ਚੱਲਿਆ ਮੈਂ, ਕੱਲ੍ਹ ਨੂੰ ਨਹੀਂ ਪਰਸੋਂ ਮੈਂ ਜਾਊਂਗਾ ਗਦਰੀ ਬਾਬਿਆਂ ਦੇ ਮੇਲੇ 'ਤੇ, 1 ਨਵੰਬਰ 2020 ਦੇਸ਼ ਭਗਤ ਹਾਲ ਜਲੰਧਰ ਗਦਰੀ ਬਾਬਿਆਂ ਦੇ ਮੇਲੇ 'ਤੇ ਹਾਜ਼ਰੀ ਲਵਾਵਾਂਗੇ, ਅਤੇ ਕੱਲ੍ਹ ਨੂੰ ਦੀਨਾ ਸਾਹਿਬ ਮੱਥਾ ਟੇਕ ਕੇ ਆਵਾਂਗੇ, ਇਜਾਜ਼ਤ ਲਵਾਂਗੇ, ਅਤੇ ਹੁਣ ਘਰ ਚੱਲੇ ਹਾਂ, ਅਤੇ ਚਲੋ ਠੀਕ ਆ ਫਿਰ ਮਿਲਦੇ ਹਾਂ ਹੁਣ ਆਪਾਂ ਅਗਲੇ ਬਲੌਗ 'ਚ, ਚੜ੍ਹਦੀ ਕਲਾ।